ਲਾਲ ਨੇ ਤੇਰਾ ਪੱਲਾ ਫੜਿਆ ਈ ਮਾਂ ਤੇਰੇ ਨਾਮ ਦਾ ਐਸਾ ਚੜਿਆ ਈ ਮਾਂ ਤੇਰੇ ਲਾਲ ਨੇ ਤੇਰਾ ਪੱਲਾ ਫੜਿਆ ਈ ਮਾਂ ਵਿਸਾਖੀ ਪਰਵ ਬਲਾਕ ਕਾਂਗਰਸ ਕਮੇਟੀ ਕਰਤਾਰਪੁਰ ਅਤੇ ਸਿਟੀ ਕਾਂਗਰਸ ਕਰਤਾਰਪੁਰ ਜ਼ਿਲ੍ਹਾ ਜਲੰਧਰ ਵੱਲੋਂ ਇੰਪਰੂਵਮੈਂਟ ਟਰੱਸਟ ਦਫ਼ਤਰ ਕਰਤਾਰਪੁਰ ਦੀ ਗਰਾਊਂਡ ਵਿਚ ਮਨਾਇਆ ਗਿਆ। ਮੁੱਖ ਮਹਿਮਾਨ ਵਜੋਂ ਪਹੁੰਚੇ ਹਲਕਾ MLA ਚੌਧਰੀ ਸੁਰਿੰਦਰ ਸਿੰਘ ਨੇ ਜਲਿਆਂਵਾਲੇ ਬਾਗ ਦੇ ਸਾਕੇ ਨੂੰ ਯਾਦ ਕਰਕੇ ਸ਼ਰਧਾ ਸੁਮਨ ਭੇਂਟ ਕੀਤੇ ਅਤੇ ਵਿਸਾਖੀ ਪਰਵ ਦੀ ਮਹਾਨਤਾ ਬਾਰੇ ਦੱਸਿਆ। ਅੱਜ ਦੇ ਦਿਨ ਮੈਂ ਤੁਹਾਨੂੰ ਸਾਰਿਆਂ ਨੂੰ ਸਾਰੇ ਪੰਜਾਬ ਵਾਸੀਆਂ ਨੂੰ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਖਾਸ ਤੌਰ ਤੇ ਮੈਂ ਹਾਰਦਿਕ ਵਧਾਈ ਦਿੰਦਾ। ਅੱਜ ਦਾ ਦਿਨ ਹੋਰ ਵੀ ਜ਼ਿਆਦਾ ਮਹੱਤਵਪੂਰਨ ਹੋ ਜਾਂਦਾ ਕਿ ਅੱਜ ਦੇ ਦਿਨ ਗੁਰੂ ਗੋਬਿੰਦ ਸਿੰਘ ਸਾਹਿਬ ਨੇ 1699 'ਚ ਖਾਲਸਾ ਪੰਥ ਦੀ ਸਿਰਜਣਾ ਕਰਕੇ ਉਦੋਂ ਦੇ ਆਪਣੇ ਸਾਰੇ ਹਿੰਦੁਸਤਾਨੀਆਂ ਨੂੰ ਸਾਡੇ ਪੰਜਾਬੀਆਂ ਨੂੰ ਮੁਗਲ ਰਾਜ ਦੇ ਜਿਹੜੇ ਮੁਗਲਾਂ ਦੇ ਰਾਜੇ ਸੀ ਉਹਨਾਂ ਕੋਲੋਂ ਆਜ਼ਾਦ ਕਰਵਾਇਆ ਸੀ ਔਰ ਉਹਨਾਂ ਵਾਸਤੇ ਉਹਨਾਂ ਨੇ ਇੱਕ ਲੜਾਈ ਦਾ ਜਿਹੜਾ ਐਲਾਨ ਸੀ ਉਹ ਕੀਤਾ ਸੀ ਉਹਨਾਂ ਨੇ। ਸੋ ਅੱਜ ਦਾ ਦਿਨ ਅਸੀਂ ਸਾਰੇ ਉਹਨਾਂ ਨੂੰ ਵੀ ਨਮਸਕਾਰ ਕਰਦੇ ਹਾਂ ਔਰ ਅੱਜ ਦੇ ਦਿਨ ਹੀ ਜਲਿਆਂਵਾਲਾ ਬਾਗ 'ਚ 1919 ਦੇ ਵਿੱਚ ਅੰਗਰੇਜ਼ਾਂ ਨੇ ਆਪਣੇ ਨਿਹੱਤੇ ਜਿਹੜੇ ਲੋਕ ਸੀਗੇ ਉਹਨਾਂ 'ਤੇ ਗੋਲੀਆਂ ਚਲਾਈਆਂ ਸੀ ਔਰ ਉਹਨਾਂ ਨੂੰ ਬੜੀ ਬੇਰਹਿਮੀ ਦੇ ਨਾਲ ਉਹਨਾਂ ਨੇ ਮਾਰਿਆ ਸੀ। ਇਸ ਮੌਕੇ ਤੇ ਸੱਭਿਆਚਾਰਕ ਪ੍ਰੋਗਰਾਮ ਵਿੱਚ ਕਲਾਕਾਰਾਂ ਨੇ ਚੰਗਾ ਸਮਾਂ ਬੰਨਿਆ। ਸਟੇਜ ਕਤਰ ਦੀ ਸੇਵਾ ਪ੍ਰਿੰਸੀਪਲ RL ਸ਼ੈਲੀ ਨੇ ਨਿਭਾਈ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਅਮਰਜੀਤ ਸਿੰਘ ਕੰਗ, ਤਿਰਲੋਕ ਸਿੰਘ ਮੰਡ, ਮਨਜੀਤ ਸਿੰਘ, ਸੁਰਿੰਦਰ ਸਿੰਘ, ਗੁਰਬਚਨ ਸਿੰਘ ਨੌਗਜਾ, ਪ੍ਰਦੀਪ ਕੁਮਾਰ ਬੱਲ, ਮਹਿੰਦਰ ਸਿੰਘ, ਬਿੱਲੂ, ਹੇਮੂ ਸ਼ਰਮਾ, ਵੇਦ ਪ੍ਰਕਾਸ਼, ਸੁਰਿੰਦਰ ਆਨੰਦ, ਕਾਲਾ ਸੇਠ, ਕੌਂਸਲਰਾਂ ਵਿਚੋਂ ਜਗਦੀਸ਼ ਜੱਗਾ, ਬਾਲਮੁਕੰਦ ਬਾਲੀ, ਸੂਰਜ ਭਾਣ, ਸੱਤੀ ਅਤੇ ਕੁਲਵਿੰਦਰ ਕੌਰ, ਸਮਤੀ ਮੈਂਬਰਾਂ ਵਿਚ ਪ੍ਰਦੀਪ ਕੌਰ ਕੱਕੜ ਕਲਾਂ, ਭਾਰਤ ਸ਼ਰਮਾ, ਰਵੀ ਕੁਮਾਰ ਅਤੇ ਹਨੀ ਜੋਸ਼ੀ, ਪਟਵਾਰੀ ਮਹਿੰਦਰ ਸਿੰਘ, ਨਿਸ਼ਾਨ ਸਿੰਘ, ਨਿਰਮਲ ਸਿੰਘ, ਤੀਰਤ ਸਿੰਘ, ਪਿਆਰਾ ਲਾਲ ਨਵਾਂ ਪਿੰਡ, ਕਾਕਾ ਭੁੱਲਰ, ਜਰਨੈਲ ਸਿੰਘ ਸਰਾਏ ਖਾਸ, ਕਾਲਾ ਕਾਲਵਾਂ, ਕਾਲਾ ਸੇਠ, ਰਿੱਕੀ, ਯੂਥ ਆਗੂ ਗਗਨਦੀਪ, ਸੋਨੀ, ਰਾਮਜੀ ਕਲੇਰ, ਮੰਗਲ ਦਾਸ, ਤਰਸੇਮ ਸਿੰਘ ਆਦਿ ਹੋਰਨਾਂ ਤੋਂ ਇਲਾਵਾ ਹਾਜ਼ਰ ਸਨ।
ਤਪ ਸਥਾਨ